ਮਾਨਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ ਮੇਰਾ ਨਾਮ ਆਰੂਸ਼ੀ ਠਾਕੁਰ ਹੈ ਅਤੇ ਮੈਂ ਕੇਂਦਰੀ ਵਿਦਿਆਲਾ ਬਨੇਖੇਤ ਡਲਹੌਜ਼ੀ ਜ਼ਿਲ੍ਹਾ ਚੰਬਾ ਦੀ 11ਵੀਂ ਕਲਾਸ ਦੀ ਵਿਦਿਆਰਥਣ ਹਾਂ ਮਾਨਯੋਗ ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਕਿ ਪ੍ਰੀਖਿਆ ਦੌਰਾਨ ਜੋ ਗੱਲ ਮੈਨੂੰ ਸਭ ਤੋਂ ਵੱਧ ਪਰੇਸ਼ਾਨ ਕਰਦੀ ਹੈ ਉਹ ਇਹ ਕਿ ਮੈਂ ਪੜ੍ਹਾਈ ਕਿੱਥੋਂ ਸ਼ੁਰੂ ਕਰਾਂ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਮੈਂ ਸਭ ਕੁਝ ਭੁੱਲ ਗਈ ਹਾਂ ਅਤੇ ਮੈਂ ਇਸ ਦੇ ਹੀ ਬਾਰੇ ਸੋਚਦੀ ਰਹਿੰਦੀ ਹਾਂ ਜਿਹੜਾ ਮੈਨੂੰ ਕਾਫੀ ਤਣਾਅ ਦਿੰਦਾ ਹੈ ਕਿਰਪਾ ਕਰਕੇ ਮਾਰਗਦਰਸ਼ਨ ਕਰੋ ਧੰਨਵਾਦ ਆਰੁਸ਼ੀ ਮਾਨਯੋਗ ਪ੍ਰਧਾਨ ਮੰਤਰੀ ਜੀ ਭਾਰਤ ਵਿੱਚ ਧਾਨਕਾ ਕਟੋਰਾ ਦੇ ਨਾਮ ਨਾਲ ਪ੍ਰਸਿੱਧ ਸੂਬੇ ਛੱਤੀਸਗੜ੍ਹ ਦੀ ਰਾਜਧਾਨੀ ਹੈ ਰਾਏਪੁਰ ਰਾਏਪੁਰ ਦੀ ਅਦਿਤੀ ਦੀਵਾਨ ਇਸੇ ਸਮੱਸਿਆ ਤੇ ਆਪਣੇ ਮਨ ਦੀ ਜਿਗਿਆਸਾ ਦਾ ਹੱਲ ਚਾਹੁੰਦੀ ਹੈ ਮਾਨਯੋਗ ਪ੍ਰਧਾਨ ਮੰਤਰੀ ਜੀ नमस्कार मेरा नाम अदिति दिवाण है और मैं कृष्णा पब्लिक स्कूल रायपुर छत्तीसगढ़ में क्लास 12वीं की विद्यार्थन हा मेरा ਤੁਹਾਨੂੰ ਇਹ ਪ੍ਰਸ਼ਨ ਹੈ ਕਿ ਮੈਂ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੀ ਹਾਂ ਕਿ ਮੈਂ ਬਹੁਤ ਕੁਝ ਕਰਨਾ ਹੈ ਪਰ ਆਖਿਰ ਤੱਕ ਮੈਂ ਕੁਝ ਵੀ ਨਹੀਂ ਕਰ ਪਾਉਂਦੀ ਹਾਂ ਕਿਉਂਕਿ ਮੇਰੇ ਕੋਲ ਬਹੁਤ ਸਾਰੇ ਕੰਮ ਹੁੰਦੇ ਨੇ ਜੇਕਰ ਆਪਣਾ ਕੋਈ ਕੰਮ ਸਮੇਂ ਤੇ ਪੂਰਾ ਕਰ ਵੀ ਲਵਾਂ ਤਾਂ ਹੋਰ ਜਿਆਦਾ ਪਰੇਸ਼ਾਨ ਹੋ ਜਾਂਦੀ ਹਾਂ ਕਿਉਂ ਜੋ ਫਿਰ ਹੋਰ ਕੰਮਾਂ ਨੂੰ ਕਰਨ ਵਿੱਚ ਜਾਂ ਤਾਂ ਬਹੁਤ ਵੱਧ ਦੇਰ ਲਗਾ ਦਿੰਦੀ ਹਾਂ ਜਾਂ ਉਹਨਾਂ ਨੂੰ ਅੱਗੇ ਤੱਕ ਲਈ ਟਾਲ ਦਿੰਦੀ ਹਾਂ ਮੈਂ ਇਹ ਜਾਣਨ ਲਈ ਉਤਸੁਖ ਹਾਂ ਕਿ ਮੈਂ ਆਪਣੇ ਸਾਰੇ ਕੰਮ ਸਹੀ ਸਮੇਂ ਤੇ ਕਿਵੇਂ ਪੂਰੇ ਕਰਾਂ ਧੰਨਵਾਦ ਅਦਿਤੀ ਮਾਨਯੋਗ ਪ੍ਰਧਾਨ ਮੰਤਰੀ ਜੀ ਆਰੂਸ਼ੀ ਅਤੇ ਅਦਿਤੀ ਆਪਣੀ ਪ੍ਰੀਖਿਆ ਦੀ ਤਿਆਰੀ ਅਤੇ ਸਮੇਂ ਦੇ ਸੱਦ ਉਪਯੋਗ ਤੇ ਤੁਹਾਡਾ ਮਾਰਗਦਰਸ਼ਨ ਚਾਹੁੰਦੀਆਂ ਨੇ ਕਿਰਪਾ ਕਰਕੇ ਉਹਨਾਂ ਦੀ ਸਮੱਸਿਆ ਦਾ ਹੱਲ ਕਰੋ मान्योग प्रधानमंत्री जी देखो ये सिर्फ परीक्षा ਦੇ ਲਈ ਹੀ ਨਹੀਂ ਹੈ ਵੈਸੇ ਵੀ ਜੀਵਨ ਚ ਟਾਈਮ ਮੈਨੇਜਮੈਂਟ ਦੇ ਪ੍ਰਤੀ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਪ੍ਰੀਖਿਆ ਅਤੇ ਨੋ ਪ੍ਰੀਖਿਆ ਤੁਸੀਂ ਦੇਖਿਆ ਹੋਵੇਗਾ ਕੰਮ ਦਾ ਢੇਰ ਕਿਉਂ ਹੋ ਜਾਂਦਾ ਹੈ ਕੰਮ ਦਾ ਢੇਰ ਇਸ ਲਈ ਹੋ ਜਾਂਦਾ ਹੈ ਸਮੇਂ ਤੇ ਉਸ ਨੂੰ ਕੀਤਾ ਨਹੀਂ ਇਸ ਲਈ ਅਤੇ ਕੰਮ ਕਰਨ ਦੀ ਕਦੇ ਥਕਾਨ ਨਹੀਂ ਹੁੰਦੀ ਕੰਮ ਕਰਨ ਨਾਲ ਸੰਤੋਸ਼ ਹੁੰਦਾ ਹੈ ਕੰਮ ਨਾ ਕਰਨ ਨਾਲ ਥਕਾਨ ਲੱਗਦੀ ਹੈ ਸਾਹਮਣੇ ਦਿਖਦਾ ਹੈ ਹਾਏ ਇੰਨਾ ਸਾਰਾ ਕੰਮ ਇੰਨਾ ਸਾਰਾ ਕੰਮ ਅਤੇ ਉਸੇ ਦੀ ਥਕਾਨ ਲੱਗਦੀ ਹੈ ਕਰਨਾ ਸ਼ੁਰੂ ਕਰੋ ਦੂਸਰਾ ਤੁਸੀਂ ਕਦੇ ਕਾਗਜ਼ ਤੇ ਆਪਣਾ ਪੈਨ ਪੈਨਸਲ ਲੈ ਕੇ ਡਾਇਰੀ ਤੇ ਲਿਖੋ ਇੱਕ ਹਫ਼ਤੇ ਪਰ ਤੁਸੀਂ ਨੋਟ ਕਰੋ ਤੁਸੀਂ ਆਪਣਾ ਸਮਾਂ ਕਿੱਥੇ ਬਤੀਤ ਕਰਦੇ ਹੋ ਜੇ ਪੜ੍ਹਾਈ ਵੀ ਕਰਦੇ ਹਾਂ ਤਾਂ ਕਿੰਨਾ ਸਮਾਂ ਕਿਹੜੇ ਵਿਸ਼ੇ ਨੂੰ ਦਿੰਦੇ ਹਾਂ ਅਤੇ ਉਸ ਵਿੱਚ ਵੀ ਸ਼ਾਰਟਕਟ ਲੱਭਦੇ ਹਾਂ ਕਿ ਬੇਸਿਕ ਵਿੱਚ ਜਾਂਦੇ ਹਾਂ ਬਰੀਕੀਆਂ ਵਿੱਚ ਜਾਂਦੇ ਹਾਂ ਥੋੜਾ ਆਪਣਾ ਇੱਕ ਐਨਾਲਿਸਿਸ ਕਰੋ ਮੈਂ ਪੱਕਾ ਮੰਨਦਾ ਹਾਂ ਕਿ ਤੁਹਾਨੂੰ ਧਿਆਨ ਵਿੱਚ ਆਵੇਗਾ ਕਿ ਤੁਸੀਂ ਜੋ ਤੁਹਾਡੀਆਂ ਪਸੰਦੰਦੀਆਂ ਚੀਜ਼ਾਂ ਨੇ ਉਸੇ ਵਿੱਚ ਸਭ ਤੋਂ ਜ਼ਿਆਦਾ ਸਮਾਂ ਲਗਾਉਂਦੇ ਹੋ ਅਤੇ ਉਸੇ ਵਿੱਚ ਖੁਬੇ ਰਹਿੰਦੇ ਹੋ ਫਿਰ ਤਿੰਨ ਵਿਸ਼ੇ ਇਸ ਤਰ੍ਹਾਂ ਦੇ ਨੇ ਜਿਹੜੇ ਘੱਟ ਪਸੰਦ ਨੇ ਪਰ ਜ਼ਰੂਰੀ ਨੇ ਉਹ ਫਿਰ ਤੁਹਾਨੂੰ ਬੋਝ ਲੱਗਦੇ ਨੇ ਮੈਂ ਦੋ-ਦੋ ਘੰਟੇ ਮਿਹਨਤ ਕੀਤੀ ਪਰ ਇਹ ਤਾਂ ਹੋਇਆ ਨਹੀਂ ਅਤੇ ਇਸ ਲਈ ਤੁਸੀਂ ਸਿਰਫ ਪੜਨਾ ਹੈ ਘੰਟੇ ਇਸ ਤਰ੍ਹਾਂ ਨਹੀਂ ਹੈ ਪਰ ਪੜਨ ਵਿੱਚ ਜਦੋਂ ਫਰੈਸ਼ ਮਾਈਂਡ ਹੈ ਉਦੋਂ ਜੋ ਸਭ ਤੋਂ ਘੱਟ ਪਸੰਦ ਵਿਸ਼ਾ ਹੈ ਸਭ ਤੋਂ ਵੱਧ ਔਖਾ ਲੱਗਦਾ ਹੈ ਤੈਅ ਕਰੋ ਪਹਿਲੇ 3 ਮਿੰਟ ਇਸ ਨੂੰ ਫਿਰ ਇੱਕ ਪਸੰਦ ਵਾਲਾ ਵਿਸ਼ਾ ਹੈ 20 ਮਿੰਟ ਉਸ ਨੂੰ ਦਿਓ ਫਿਰ ਥੋੜਾ ਘੱਟ ਪਸੰਦ ਵਾਲਾ 30 ਮਿੰਟ ਉਸ ਨੂੰ ਤੁਸੀਂ ਇਸ ਤਰ੍ਹਾਂ ਦਾ ਸਲੈਬ ਬਣਾਓ ਤਾਂ ਤੁਹਾਨੂੰ ਰਿਲੈਕਸੇਸ਼ਨ ਵੀ ਮਿਲੇਗਾ ਤੇ ਤੁਹਾਡੀ ਹੌਲੀ-ਹੌਲੀ ਉਹਨਾਂ ਵਿਸ਼ਿਆਂ ਤੇ ਦਿਲਚਸਪੀ ਵਧੇਗੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਨਾਰਮਲੀ ਟਾਲਦੇ ਹੋ ਅਤੇ ਚੰਗੇ ਵਿਸ਼ੇ ਵਿੱਚ ਖੁੱਬੇ ਰਹਿੰਦੇ ਹੋ ਅਤੇ ਸਮਾਂ ਬੀਤਾ ਬਹੁਤ ਜਾਂਦਾ ਹੈ ਤੁਸੀਂ ਦੇਖਿਆ ਹੋਵੇਗਾ ਤੁਹਾਡੇ ਵਿੱਚੋਂ ਜੋ ਲੋਕ ਪਤੰਗ ਉਡਾਉਂਦੇ ਹੋਣਗੇ ਮੈਨੂੰ ਤਾਂ ਬਚਪਨ ਚ ਬਹੁਤ ਸ਼ੌਕ ਸੀ ਪਤੰਗ ਦਾ ਮਾਂਝਾ ਹੁੰਦਾ ਹੈ ਧਾਗਾ ਹੁੰਦਾ ਹੈ ਉੱਕਾ ਦੇ ਇੱਕ ਦੂਜੇ ਵਿੱਚ ਓਲਜ ਕੇ ਇੱਕਦਮ ਨਾਲ ਵੱਡਾ ਗੁੱਛਾ ਬਣ ਜਾਂਦਾ ਹੈ ਹੁਣ ਬੁੱਧੀਮਾਨ ਇਨਸਾਨ ਕੀ ਕਰੇਗਾ ਇਸ ਤਰ੍ਹਾਂ ਇਸ ਤਰ੍ਹਾਂ ਖਿੱਚੇਗਾ ਕੀ ਤਾਕਤ ਲਗਾਏਗਾ ਇਸ ਤਰ੍ਹਾਂ ਨਹੀਂ ਕਰੇਗਾ ਉਹ ਹੌਲੀ ਨਾਲ ਇੱਕ ਇੱਕ ਧਾਰ ਨੂੰ ਫੜਨ ਦੀ ਕੋਸ਼ਿਸ਼ ਕਰੇਗਾ ਕਿ ਖੁੱਲਣ ਦਾ ਰਸਤਾ ਕਿੱਥੇ ਆ ਤੇ ਫਿਰ ਹੌਲੀ-ਹੌਲੀ ਹੌਲੀ ਖੋਲੇਗਾ ਤਾਂ ਇੰਨਾ ਵੱਡਾ ਗੁੱਛਾ ਵੀ ਆਰਾਮ ਨਾਲ ਖੁੱਲ ਜਾਵੇਗਾ ਅਤੇ ਸਾਰਾ ਮਾਂਝਾ ਸਾਰਤਾ ਦਾ ਇੱਕ ਜਿਸ ਤਰ੍ਹਾਂ ਦੀ ਜ਼ਰੂਰਤ ਹੈ ਉਸ ਤਰ੍ਹਾਂ ਉਸ ਦੇ ਹੱਥ ਲੱਗ ਜਾਵੇਗਾ ਸਾਨੂੰ ਵੀ ਉਸ ਤੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਹੈ ਆਰਾਮ ਨਾਲ ਸੋਲੂਸ਼ਨ ਕਰਨਾ ਹੈ ਅਤੇ ਜੇ ਆਰਾਮ ਨਾਲ ਸੋਲੂਸ਼ਨ ਕੱਢਾਂਗੇ ਤਾਂ ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਉਸ ਨੂੰ ਬਹੁਤ ਸਲੀਕੇ ਨਾਲ ਕਰੋਗੇ ਦੂਜਾ ਤੁਸੀਂ ਕਦੇ ਘਰ 'ਚ ਆਪਣੀ ਮਾਂ ਦੇ ਕੰਮ ਨੂੰ ਅਬਜ਼ਰਵ ਕੀਤਾ ਹੈ ਕਿ ਇਸ ਤਰ੍ਹਾਂ ਦੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਜਿਵੇਂ ਸਕੂਲ ਤੋਂ ਆਏ ਤਾਂ ਮਾਂ ਨੇ ਸਭ ਰੈਡੀ ਕਰਕੇ ਰੱਖਿਆ ਸੀ ਸਵੇਰੇ ਸਕੂਲ ਜਾਣਾ ਸੀ ਤਾਂ ਮਾਂ ਨੇ ਸਭ ਤਿਆਰ ਕਰਕੇ ਰੱਖਿਆ ਸੀ ਲੱਗਦਾ ਤਾਂ ਬਹੁਤ ਚੰਗਾ ਹੈ ਪਰ ਕੀ ਕਦੇ ਆਬਜ਼ਰਵ ਕੀਤਾ ਹੈ ਕਿ ਮਾਂ ਦਾ ਟਾਈਮ ਮੈਨੇਜਮੈਂਟ ਕਿੰਨਾ ਵਧੀਆ ਹੈ ਉਸ ਨੂੰ ਪਤਾ ਹੈ ਕਿ ਸਵੇਰੇ ਇਹ ਹੈ ਤਾਂ ਮੈਨੂੰ 6 ਵਜੇ ਇਹ ਕਰਨਾ ਪਵੇਗਾ 6:30 ਵਜੇ ਇਹ ਕਰਨਾ ਪਵੇਗਾ ਉਸ ਨੂੰ 9 ਵਜੇ ਜਾਣਾ ਹੈ ਤਾਂ ਇਹ ਕਰਨਾ ਪਵੇਗਾ ਉਹ 10 ਵਜੇ ਘਰ ਆਵੇਗਾ ਤਾਂ ਇਹ ਕਰਨਾ ਪਵੇਗਾ। ਯਾਨੀ ਇੰਨਾ ਪਰਫੈਕਟ ਟਾਈਮ ਮੈਨੇਜਮੈਂਟ ਮਾਂ ਦਾ ਹੁੰਦਾ ਏ ਅਤੇ ਜਦੋਂ ਕਿ ਕੰਮ ਸਭ ਤੋਂ ਜ਼ਿਆਦਾ ਮਾਂ ਕਰਦੀ ਰਹਿੰਦੀ ਏ ਪਰ ਕਿਸੇ ਕੰਮ ਵਿੱਚ ਉਸ ਨੂੰ ਬੋਝ ਮਹਿਸੂਸ ਨਹੀਂ ਹੁੰਦਾ। ਥੱਕ ਗਈ, ਬਹੁਤ ਕੰਮ ਏ, ਬਹੁਤ ਜ਼ਿਆਦਾ ਏ। ਇਸ ਤਰ੍ਹਾਂ ਨਹੀਂ ਕਰਦੀ ਕਿਉਂ? ਉਸ ਨੂੰ ਤਾਂ ਪਤਾ ਏ ਮੈਨੂੰ ਇੰਨੇ ਘੰਟੇ ਵਿੱਚ ਇਹ ਇਹ ਤਾਂ ਕਰਨਾ ਏ ਅਤੇ ਜਦੋਂ ਐਕਸਟਰਾ ਟਾਈਮ ਮਿਲਦਾ ਏ ਤਾਂ ਵੀ ਉਹ ਚੁੱਪ ਨਹੀਂ ਬੈਠਦੀ। ਕੁਝ ਨਾ ਕੁਝ ਆਪਣੀ ਕ੍ਰੀਏਟਿਵ ਐਕਟੀਵਿਟੀ ਕਰਦੀ ਰਹਿੰਦੀ ਹੈ ਸੂਈ ਧਾਗਾ ਲੈ ਕੇ ਹੀ ਬੈਠ ਜਾਵੇਗੀ ਕੁਝ ਨਾ ਕੁਝ ਕਰਦੀ ਰਹੇਗੀ ਰਿਲੈਕਸ ਕਰਨੇ ਵੀ ਉਸਨੇ ਵਿਵਸਥਾ ਰੱਖੀ ਹੋਈ ਹੈ ਜੇ ਮਾਂ ਦੀ ਗਤੀਵਿਧੀ ਨੂੰ ਢੰਗ ਨਾਲ ਆਬਜ਼ਰਵ ਕਰੋਗੇ ਤਾਂ ਵੀ ਤੁਹਾਨੂੰ ਐਜ਼ ਅ ਸਟੂਡੈਂਟ ਤੁਹਾਨੂੰ ਆਪਣਾ ਟਾਈਮ ਮੈਨੇਜਮੈਂਟ ਦਾ ਮਹੱਤਵ ਕੀ ਹੁੰਦਾ ਹੈ ਅਤੇ ਟਾਈਮ ਮੈਨੇਜਮੈਂਟ ਯਾਨੀ 2 ਘੰਟੇ 4 ਘੰਟੇ 3 ਘੰਟੇ ਇਹ ਨਹੀਂ ਹੈ ਮਾਈਕਰੋ ਮੈਨੇਜਮੈਂਟ ਹੋਣਾ ਚਾਹੀਦਾ ਹੈ ਕੀ ਸਿਵਿਲੇਨੋ ਕਿੰਨਾ ਟਾਈਮ ਦੇਣਾ ਹੈ ਕਿਸ ਕੰਮ ਨੂੰ ਕਿੰਨਾ ਟਾਈਮ ਦੇਣਾ ਹੈ ਅਤੇ ਇਹ ਬੰਦਿਸ਼ ਨਹੀਂ ਲਗਾਉਣੀ ਕਿ ਬਸ 6 ਦਿਨ ਤੱਕ ਇਹ ਕਰਾਂਗਾ ਹੀ ਨਹੀਂ ਕਿਉਂ ਜੋ ਮੈਨੂੰ ਪੜ੍ਹਨਾ ਹੈ ਫੇਰ ਤਾਂ ਤੁਸੀਂ ਥੱਕ ਜਾਓਗੇ ਤੁਸੀਂ ਢੰਗ ਨਾਲ ਉਸ ਨੂੰ ਡਿਸਟ੍ਰੀਬਿਊਟ ਕਰੋ ਸਮੇਂ ਨੂੰ ਜ਼ਰੂਰ ਤੁਹਾਨੂੰ ਲਾਭ ਹੋਵੇਗਾ ਧੰਨਵਾਦ